ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਹੀ ਸਾਡੇ ਸਿੱਖ ਸ਼੍ਰੋਮਣੀ ਫੈਡਰੇਸ਼ਨ ਗਰੇਵਾਲ ਦੇ ਸਾਰੇ ਅਹੁਦੇਦਾਰ ਇੱਥੇ ਮੌਜੂਦ ਨੇ ਔਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਹੀ ਇਹ ਸੀ ਕਿ ਜੋ ਪਾਰਟੀ ਦੀ ਕਾਰਜਕਾਰੀ ਨੂੰ ਦੇਖਦੇ ਹੋਏ ਟਕਸਾਲੀ ਜਥੇਦਾਰ ਹਰੀ ਸਿੰਘ ਜੀ ਜੀਰਾ ਮਰਹੂਮ ਔਰ ਉਹਨਾਂ ਦੇ ਬੇਟੇ ਦੀ ਜਿਹੜੀ ਟਿਕਟ ਕੱਟ ਕੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਨੂੰ ਇੱਥੋਂ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ ਉਹਦਾ ਮੇਨ ਕਾਰਨ ਮੇਰੇ ਸਾਥੀਆਂ ਵੀਰਾਂ ਨੇ ਸਾਰਿਆਂ ਨੇ ਦੱਸ ਹੀ ਦਿੱਤਾ ਹੈ ਕਿ ਪਾਰਟੀਆਂ ਹਮੇਸ਼ਾ ਜਿਨ੍ਹਾਂ ਨੂੰ ਲੋਕ ਹਲਕਾ ਚਾਹੁੰਦਾ ਹੋਵੇ ਉਹਨਾਂ ਉਮੀਦਵਾਰਾਂ ਨੂੰ ਪਾਰਟੀ ਜਿਹੜੀ ਉਹ ਟਿਕਟ ਦੇ ਕੇ ਸੇਵਾਦਾਰੀ ਬਖਸ਼ਦੀ ਹੈ ਪਰ ਪਿਛਲੇ ਸਮੇਂ ਦੇ ਵਿੱਚ ਮਰਹੂਮ ਜਥੇਦਾਰ ਹਰੀ ਸਿੰਘ ਜੀਰਾ ਦਾ ਪਰਿਵਾਰ ਜਿਹੜਾ ਸੀ ਮੈਂ ਸਮਝਦਾ ਕਿ ਉਹ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਜੀਰਾ ਹਲਕਾ ਦੀ ਸੇਵਾ ਜ਼ਰੂਰ ਕੀਤੀ ਹੈ ਪਰ ਸਰਦਾਰ ਅਵਤਾਰ ਸਿੰਘ ਜੀ ਜੀਰਾ ਜੋ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਬੋਲ ਚੁੱਕੇ ਨੇ ਔਰ ਆਪਣੇ ਆਪ ਨੂੰ ਇੱਥੋਂ ਆਜ਼ਾਦ ਉਮੀਦਵਾਰ ਜਿਹੜਾ ਐਲਾਨ ਚੁੱਕੇ ਨੇ ਉਸ ਦੇ ਨਾਲ ਸਾਰੇ ਵਰਕਰ ਜਿਹੜੇ ਆ ਇਸ ਚੀਜ਼ ਤੋਂ ਮਜੂਸ ਹੋ ਕੇ ਔਰ ਸ਼ੁਕਰ ਕਰਦੇ ਨੇ ਕਿ ਪਾਰਟੀ ਨੇ ਇੱਕ ਬਹੁਤ ਵਧੀਆ ਕੈਂਡੀਡੇਟ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਨੂੰ ਇੱਥੋਂ ਉਤਾਰਿਆ ਹੈ ਔਰ ਅਸੀਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਰੇ ਵਰਕਰ ਜਿਹੜੇ ਆ ਉਹ ਪੂਰੀ ਤਨਦੇਹੀ ਦੇ ਨਾਲ ਇੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸੇਖੋਂ ਸਾਹਿਬ ਨੂੰ ਬੜੀ ਵੱਡੀ ਲੀਡ ਨਾਲ ਜਿਤਾ ਕੇ ਇੱਥੋਂ ਭੇਜਣਗੇ ਇਹਨਾਂ ਦੇ ਆਜ਼ਾਦ ਲੜਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਫਰਕ ਪਏਗਾ ਕੁਛ ਦੇਖੋ ਇੱਕ ਕਹਾਵਤ ਹੈ ਕਿ ਅੰਗੂਰ ਦਾ ਗੁੱਛਾ ਜਿਹੜਾ ਹੁੰਦਾ ਹੈ ਉਹਦੀ ਕੀਮਤ ਉਨਾ ਚਿਰ ਹੈ ਜਿੰਨਾ ਚਿਰ ਉਹ ਗੁੱਛੇ ਦੇ ਨਾਲ ਜਦੋਂ ਕੋਈ ਗੁੱਛੇ ਦੇ ਨਾਲ ਚੀਜ਼ ਟੁੱਟ ਜਾਂਦੀ ਹੈ ਉਹਦੀ ਕੀਮਤ ਅੱਧੀ ਰਹਿ ਜਾਂਦੀ ਹੈ ਬੇਸ਼ੱਕ ਇਹਨਾਂ ਨੇ ਪਾਰਟੀ ਦੇ ਲਈ ਜਥੇਦਾਰ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ ਪਰ ਜਦੋਂ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਸਾਨੂੰ ਪਾਰਟੀ ਪ੍ਰਧਾਨ ਨੇ MLA ਸ਼ਿਪਾਂ ਦਿੱਤੀਆਂ ਹੋਣ ਲੰਮਾ ਸਮਾਂ ਜਥੇਦਾਰ ਜੀ 7 ਚੋਣਾਂ ਇੱਥੋਂ ਵਿਧਾਨ ਸਭਾ ਹਲਕਾ ਜੀਰਾ ਤੋਂ ਲੜੇ ਆ ਜਿਨ੍ਹਾਂ ਵਿੱਚ 5 ਵਾਰੀ ਉਹ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜ੍ਹੇ ਆ ਉਹਨਾਂ ਨੇ ਵਰਕਰਾਂ ਨਾਲ ਪਿਆਰ ਕੀਤਾ ਪਰ ਬਦਕਿਸਮਤੀ ਕਿ ਸਰਦਾਰ ਅਵਤਾਰ ਸਿੰਘ ਜੀ ਜੀਰਾ ਜਿਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਖਿਲਾਫ ਪਿੱਛੇ ਬਹੁਤ ਭੱਦੀ ਸ਼ਬਦਾਵਲੀ ਬੋਲੀ ਹੈ ਕਿ ਉਹਨਾਂ ਨੂੰ ਇਹ ਕਿਹਾ ਹੈ ਕਿ ਉਹਨਾਂ ਦਾ ਮਾਨਸਿਕ ਤਵਾਜਨ ਜਿਹੜਾ ਸਹੀ ਨਹੀਂ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਹੋਰ ਇਹੋ ਜਿਹੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਹੈ ਅਸੀਂ ਸਾਰੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਪਾਰਟੀ ਦਾ ਪ੍ਰਧਾਨ ਕੇਵਲ ਇੱਕੋ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹੇ ਪਿੱਛੇ ਕਰੋਨਾ ਕਾਲ ਦੇ ਵਿੱਚ ਸਾਰੇ ਪੰਜਾਬ ਦਾ ਗੇੜਾ ਲਾਇਆ ਇਸ ਮਹਾਂਮਾਰੀ ਦੇ ਵਿੱਚ ਜਿੱਥੇ ਲੋਕ ਡਰਦੇ ਸੀ ਪਾਰਟੀਆਂ ਦੇ ਮੁਖੀ ਉਹਨਾਂ ਨੇ ਹੇਠਲੇ ਪੱਧਰ ਦੇ ਉੱਤੇ ਆਣ ਕੇ ਵਰਕਰਾਂ ਦੀ ਸੇਵਾ ਕੀਤੀ ਔਰ ਵਰਕਰਾਂ ਦੇ ਨਾਲ ਡਟੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਪਾਰਟੀ ਦੇ ਪ੍ਰਧਾਨ ਉਸ ਬੱਬਰ ਸ਼ੇਰ ਨੂੰ ਜਿਹੜਾ ਇੱਕ ਪੰਜਾਬ ਨੂੰ ਬੜੇ ਵਿਕਾਸ ਦੀਆਂ ਲੀਹਾਂ 'ਤੇ ਲਿਜਾਣ ਵਾਲਾ ਹੈ ਉਸ ਦੇ ਖਿਲਾਫ਼ ਕੋਈ ਭੱਦੀ ਸ਼ਬਦਾਵਲੀ ਕਰੇ ਉਹਨੂੰ ਕੋਈ ਪੰਥ ਔਰ ਸਾਡੇ ਫੈਡਰੇਸ਼ਨ ਦੇ ਨੌਜਵਾਨ ਔਰ ਸਮੂਹ ਜਿਹੜਾ ਜੀਰਾ ਵਿਧਾਨ ਸਭਾ ਹਲਕਾ ਦੇ ਲੋਕ ਨੇ ਵੀਰ ਨੇ ਸਾਡੇ ਉਹ ਬਰਦਾਸ਼ਤ ਨਹੀਂ ਕਰਨਗੇ MC ਇਲੈਕਸ਼ਨ ਹੋਇਆ ਸੀਗਾ ਉਦੋਂ ਵੀ ਤੁਹਾਡੀਆਂ ਕਾਫੀ ਜਿਹੜੇ ਗੁੱਸੇ ਰਹੇ ਨੇ ਕਿ ਅਵਤਾਰ ਸਿੰਘ ਜੀਰਾ ਨੇ ਸਪੋਰਟ ਨਹੀਂ ਕੀਤਾ ਔਰ ਬਲਾਕ ਸੰਮਤੀ ਦੇ ਇਲੈਕਸ਼ਨ ਹੋਏ ਔਰ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਦੀ ਕਾਂਗਰਸ ਸਰਕਾਰ ਨੇ ਜੋ ਪੂਰੇ ਪੰਜਾਬ ਦੇ ਵਿੱਚ ਹੀ ਆ ਔਰ ਸਾਡੇ ਹਲਕੇ ਦੇ ਵਿੱਚ ਵੀ ਬੜੀ ਗੁੰਡਾਗਰਦੀ ਕੀਤੀ ਔਰ ਅਸੀਂ ਉੱਥੇ ਜਿਹੜਾ ਸਹੀ ਕਾਰਜਕਾਰੀ ਸੀ ਉਹ ਸਰਦਾਰ ਅਵਤਾਰ ਸਿੰਘ ਜੀਰਾ ਇੱਕ ਲੀਡਰ ਹੋਣ ਦੇ ਨਾਂ 'ਤੇ ਨਿਭਾ ਨਹੀਂ ਸਕੇ ਔਰ ਸਾਡੇ ਕੈਂਡੀਡੇਟ ਸੀ ਜਿਨ੍ਹਾਂ ਦੇ ਉੱਤੇ ਇਸ ਕਾਂਗਰਸ ਸਰਕਾਰ ਦੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਔਰ ਕੁੱਟਮਾਰ ਕੀਤੀ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਸਾਡੇ ਫਿਰੋਜ਼ਪੁਰ ਹਲਕੇ ਦੇ ਤਿੰਨਾਂ ਹਲਕਿਆਂ ਦੇ ਵਿੱਚੋਂ ਵਰਦੀਆਂ ਗੋਲੀਆਂ ਦੇ ਵਿੱਚ ਔਰ ਉੱਥੋਂ ਦੇ ਵੀਰਾਂ ਦੇ ਕਾਗਜ਼ ਭਰਾ ਕੇ ਮਿਊਂਸਪੈਲਿਟੀ ਦੇ ਅੰਦਰ ਲੇਕਿਨ ਬਦਕਿਸਮਤੀ ਕਿ ਸਾਡੀ ਸਹੀ ਅਗਵਾਈ ਨਾ ਹੋਣ ਕਰਕੇ ਔਰ ਸਾਡਾ ਜਿਹੜਾ ਸੀਗਾ ਉਮੀਦਵਾਰ ਸੀ ਉਹ ਅੰਦਰ ਬੈਠਣ ਕਰਕੇ ਸਾਡੇ ਵੀਰਾਂ ਦੇ ਉੱਤੇ ਪੱਥਰ ਪਏ ਅਤੇ ਅਸੀਂ ਉਹ ਕਮੇਟੀ ਦੀ ਚੋਣ ਜਿਹੜੀ ਉਹ ਲੜ ਨਹੀਂ ਸਕੇ ਈਵਨ ਕਿ ਅਸੀਂ ਕਾਗਜ਼ ਵੀ ਨਾ ਔਰ ਜਦੋਂ ਅਸੀਂ ਸਾਰੇ ਆਨੰਦ ਮਾਣ ਕੇ ਔਰ ਉਸ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੀ ਪ੍ਰਧਾਨਗੀ ਕਬੂਲਣ ਤੋਂ ਪਾਸੇ ਜਾਂਦੇ ਹਾਂ ਔਰ ਪਾਰਟੀ ਦੇ ਪ੍ਰਧਾਨ ਦੇ ਉੱਤੇ ਕੋਈ ਸਵਾਲ ਕਰਦੇ ਹਾਂ ਉਹ ਜਾਇਜ਼ ਨਹੀਂ ਹੁੰਦੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਡੇ ਹਲਕੇ ਦੇ ਵਿੱਚ ਜੋ ਸਾਡੇ ਨਾਲ ਗੁੰਡਾਗਰਦੀ ਹੋਈ ਸੀ ਉਸ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਖਾਤਰ ਔਰ ਵਰਕਰਾਂ ਦੇ ਨਾਲ ਖੜ੍ਹਨ ਦੀ ਖਾਤਰ ਉਹਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਸੀ ਹਰੀਕੇ ਦੇ ਨਜ਼ਦੀਕ ਉਹ ਜਾਮ ਕਰ ਦਿੱਤਾ ਔਰ 27 ਘੰਟੇ ਲਗਾਤਾਰ ਸਾਰੇ ਵਰਕਰਾਂ ਦੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਉਹ ਸਾਰੇ ਹੀ ਸਾਡੇ ਵਰਕਰਾਂ ਦੀ ਪਿੱਠ 'ਤੇ ਖੜ੍ਹ ਕੇ ਉਹਨਾਂ ਨੇ ਉੱਥੇ ਇੱਕ ਰਾਤ ਗੁਜ਼ਾਰੀ ਦਿਨ ਭਰ ਉੱਥੇ ਰਹੇ ਜਿੰਨਾ ਚਿਰ ਇਸ ਦਾ ਕੋਈ ਜਵਾਬ ਜਾਂ ਉਹਨਾਂ ਦਾ ਜੇਕਰ ਕੋਈ ਵੀ ਆਦਮੀ ਮੇਰੇ 'ਤੇ 2 ਕਿਲੋ ਦੇ ਰੇਤਾ ਦੀ ਵੀ ਗੱਲ ਕਰਦਾ ਜਾਂ ਕੋਈ ਸਬੂਤ ਦਿੰਦਾ ਤਾਂ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਲੈ ਲਊਂਗਾ
और एक गल का उन्होंने दुख होया और उन्होंने दो गलों का दुख महसूस किया कि पार्टी प्रधान सरदार सुखबीर सिंह जी बादल की छवि के खिलाफ जां उस बब्बर शेर के खिलाफ बोलना जिहड़ा बर्दाश्त नहीं असी करांगे। और ना रेता की जिहड़ी गल की है वो थोनू सारयां नू पता कि रेता कौन बेचता रहा, मैं कुछ ज़्यादा गल नहीं करना चाहता इस बारे, सब पता हुंदा लोगों को हल्के के लोगों कि कौन रेता बेचता रहा। इस करके उन्होंने भी दुख महसूस किया और साफ अक्स वाले जिहड़े लोग ने वह हमेशा सरदार सुखबीर सिंह जी बादल साहब की अगवाई नू कबूलणगे और पार्टी के जिहड़े फैसले करके इत्थों सीनियर लीडरशिप ने और कोर कमेटी मैंबर ने साबका वजीर रह चुके ने, साढ़े जिला फिरोजपुर के प्रधान भी रह चुके ने सेगों साहब, उन्होंने उतारिया है तो असी उन्होंने इतों डट पिंड जो भी साढ़े फैडरेशन के वर्कर ने उन्होंने राबता कायम करके जिहड़ियां साडियां कमेटियां बनिया हुई है वो बड़े सुजे ढंग वर्करां नाल मिल रही ने ते बे वधिया एक मुहिम कुछ वाढ़ी दे करके रुके हाँ, एक वधिया लहर लैके सेगों साहब के हक में बेहद वधिया प्यार लोगों का मिल रहा है ते कुछ दिनों तक सेगों साहब आप कमान संभालणगे ते प्रचार होर भी हेठली पद्धर तक। सरदार अवतार सिंह जीरा नूं और उन्हां दे सारे साथियों साढ़े जिला प्रधान भी बैठे ने, सारी समुची लीडरशिप बैठी है और असी विधानसभा हलका जीरा तो फैडरेशन के वर्कर और सारे नौजवान अपील जरूर करते हैं कि सरदार अवतार सिंह जीरा जी और उन्होंने साथियों कि वो इन चीज़ों तो पासे हट के पार्टी प्रधान की अगवाई कबूलते हुए जे लोगों ने इतों कैंडीडेट सेगों साहब न कबूल लिया है तो तुहानू भी फर्ज बनता कि पार्टी दे विच आ जाण और इहो जी बगावती सुरां जिहड़ियां है वो पार्टी के खिलाफ ना लैके जाण ताकि हाले भी डुल्ले बेरां का कुछ बिगड़िया।